ਐ ਆਪਣੇ ਪਿਓ ਦਾ ਇੰਨਾ ਤਾਬੇਦਾਰ ਏ। ਇੱਕ ਦਿਨ ਦਾਬਾ ਕਹਿੰਦਾ ਪੁੱਤਰ ਇੱਥੇ ਹੀ ਰੁਕ, ਮੈਂ ਹੁਣੇ ਆਇਆ। ਉਹ ਮੁੜ ਕੇ ਆਇਆ ਹੀ ਨਹੀਂ, ਉੱਥੇ ਹੀ ਰੁਕਿਆ ਵਿਚਾਰਾ, ਵਧਿਆ ਹੀ ਨਹੀਂ। ਹੋਲਡਰ ਮੈਂ ਠੀਕ ਕਰਤਾ, ਜਾ ਕੇ ਲਾ ਦੇ। ਅਸਲਾਮ ਅਲੈਕਮ ਭਾਈ ਜਾਨ। ਜਨਾਬ ਕੀ ਹਾਲ ਚਾਲ ਨੇ, ਠੀਕ ਹੋ? ਇੰਜ ਕਰ 100 ਰੁਪਏ ਦੇ ਨਾ ਇਹਨਾਂ ਵਾਸਤੇ ਮਾਲਟੇ ਲੈ ਕੇ ਆ, ਜਾ। ਕੰਮ ਸ਼ਮ ਕੈਸਾ ਜਾ ਰਿਹਾ ਤੇਰਾ? ਅਸਲਾਮ ਅਲੈਕਮ ਜਨਾਬ। ਵਾਲੇਕੁਮ ਸਲਾਮ, ਖੈਰ ਖਰੀਏ ਤੇ ਨਾ, ਠੀਕ ਹੋ ਨਾ? ਓਏ ਗੱਲ ਸੁਣ ਇੱਕ ਮਿੰਟ, ਵਾਪਸ ਆ ਪੁਰਾਣੇ ਹੋਰ ਆ ਗਏ ਨੀ? ਚੋਲ ਮਾਲ ਹੈ ਯਾਰ, ਰਾਤ ਦੀ ਰੋਟੀ ਤੇ ਨੀ ਨਾ ਖਾਓਗੇ? ਖਾਵਾਂਗੇ। ਇਹ ਗੱਲ ਸੁਣ, 100 ਦੇ ਮਾਲਟੇ ਸਨ ਨਾ, 100 ਦੇ ਸੇਬ ਵੀ ਲਈ ਆਈ, ਜਾ ਜਲਦੀ ਆਈ। ਯਾਰ ਉਹਨੂੰ ਵੇਖ, ਉਹ ਖਾਲੀ ਹੱਥ ਆ ਗਿਆ, ਫਰੂਟ ਵਾਲ ਨਾਲ ਲੜਾਈ ਹੋ ਗਈ। ਇਹ ਕੀ ਭੁੱਲ ਗਿਆ ਸਾਂ ਕਿ ਸੇਬਾਂ ਦਾ 100 ਕਿਹੜਾ ਤੇ ਮਾਲਟਿਆਂ ਦਾ ਕਿਹੜਾ? ਡਾਕਟਰ ਸਾਹਿਬ, ਡਾਕਟਰ ਸਾਹਿਬ, ਮੇਰੀ ਬੇਗਮ ਦਾ ਬੁਖਾਰ ਨਹੀਂ ਘਟ ਰਿਹਾ। ਤੂੰ ਨਾ ਅੰਗਰੇਜ਼ੀ ਦਵਾਈਆਂ ਛੱਡ ਤੇ ਉਹਨੂੰ ਕਿਸੇ ਮੌਲਵੀ ਕੋਲੋਂ ਦਮ ਕਰਵਾ। ਅੱਛਾ ਜੀ, ਚੋਲ ਮਾਲ ਹੈ ਭਾਈ ਸਾਹਿਬ ਕੋ? ਹਾਂ ਸੁਣਾ, ਮੌਲਵੀ ਸਾਹਿਬ ਕੋਲ ਦਮ ਕਰਵਾਇਆ ਸੀ? ਜੀ ਜੀ ਜਨਾਬ, ਹਫਤਾ ਪੂਰਾ ਲਗਾਤਾਰ ਮੌਲਵੀ ਸਾਹਿਬ ਘਰ ਆਏ ਨੇ ਦਮ ਕਰਨ, ਤੇ ਫਿਰ ਬੁਖਾਰ ਮਗਰੋਂ ਲੈ ਗਿਆ ਨਾ? ਜੀ ਜਨਾਬ, ਬੁਖਾਰ ਤੇ ਮਗਰੋਂ ਲੈ ਗਿਆ, ਪਰ ਹੁਣ ਮੌਲਵੀ ਮਗਰੋਂ ਨਹੀਂ ਲੈ ਰਿਹਾ। ਟੈਨਸ਼ਨ ਨਹੀਂ ਲੈਣੀ ਯਾਰ, ਓਏ ਤੇਰਾ ਬੇਲੀ ਕਿਧਰ ਸ਼ਨੂ? ਤੈਨੂੰ ਨਹੀਂ ਪਤਾ ਉਹਨੇ ਵਰਲਡ ਰਿਕਾਰਡ ਬਣਾਇਆ? ਉਹ ਕਿਦਾਂ? ਮਿਨਾਰੇ ਪਾਕਿਸਤਾਨ ਤੋਂ ਛਾਲ ਮਾਰੀ, ਫਿਰ ਮਰ ਗਏ। ਹਾਂ ਬੇ ਬੱਚੇ, ਤੂੰ ਦੱਸ ਕਿਹੜਾ ਪਰਿੰਦਾ ਸਭ ਤੋਂ ਜ਼ਿਆਦਾ ਤੇਜ਼ ਉੱਡਦਾ ਹੈ? ਉਸਤਾਦ ਜੀ ਮੈਨੂੰ ਨਹੀਂ ਪਤਾ, ਕੰਨ ਫੜ ਲੈ ਇੱਥੇ। ਤੂੰ ਦੱਸ ਉਸਤਾਦ ਜੀ? ਹਾਥੀ? ਤੇਰੇ ਵੀ ਪਿਓ ਨੂੰ ਮੈਂ ਦੱਸਦਾ ਜਾ ਕੇ, ਕੀ ਕਰਦਾ ਤੇਰਾ ਅੱਬਾ? ਤਾਲਿਬਾਨ ਦਾ ਕਮਾਂਡਰ ਹੈ ਉਸਤਾਦ ਜੀ। ਤੇਰਾ ਜਵਾਬ ਬਿਲਕੁਲ ਸਹੀ ਸੀ ਬੱਚੇ।